ਤਾਂ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਐਨਕਾਊਂਟਰ ਹੋਇਆ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਨਸ਼ਾ ਤਸਕਰ ਨੂੰ ਢੇਰ ਕੀਤਾ ਗਿਆ। ਤਾਂ ਇਸ ਵੇਲੇ ਦੀ ਵੱਡੀ ਖਬਰ, ਪੰਜਾਬ ਦੇ ਵਿੱਚ ਇੱਕ ਐਨਕਾਊਂਟਰ ਹੋਇਆ ਦਸੂਹਾ ਦੇ ਵਿੱਚ, ਜਿੱਥੇ ਮੁਲਾਜ਼ਮਾਂ ਦੇ ਵੱਲੋਂ ਇੱਕ ਨਸ਼ਾ ਤਸਕਰ ਨੂੰ ਢੇਰ ਕੀਤਾ ਗਿਆ। ਦੱਸਦੇ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਰੇਡ ਕਰਨ ਗਏ ਸੀ, ਜਿਸ ਮੌਕੇ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ। ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਮੁਲਾਜ਼ਮਾਂ ਨੇ ਇੱਕ ਨਸ਼ਾ ਤਸਕਰ ਨੂੰ ਢੇਰ ਕੀਤਾ। ਹੁਸ਼ਿਆਰਪੁਰ ਦੇ ਦਸੂਹਾ ਦੇ ਵਿੱਚ ਇਹ ਐਨਕਾਊਂਟਰ ਹੋਇਆ। ਜਾਣਕਾਰੀ ਇਹ ਵੀ ਹੈ ਕਿ ਇਸ ਗੋਲੀਬਾਰੀ ਮੌਕੇ ਪੰਜਾਬ ਪੁਲਿਸ ਦਾ ਇੱਕ ਜਵਾਨ ਵੀ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹੁਸ਼ਿਆਰਪੁਰ ਪੁਲਿਸ ਵੱਲੋਂ ਅੱਜ ਸਵੇਰੇ ਸਾਰੇ ਡਿਸਟ੍ਰਿਕਟ ਦੇ ਵਿੱਚ ਹੀ ਰੇਡ ਹੈਗੇ ਸੀਗੇ ਇਹ, ਖਾਸ ਕਰਕੇ SSP ਸਾਹਿਬ ਵੱਲੋਂ ਔਰ DG ਸਾਹਿਬ ਵੱਲੋਂ ਇਹ ਸਖ਼ਤ ਹਦਾਇਤਾਂ ਹੈਗੀਆਂ ਵੀ ਡਰੱਗ ਸਮਗਲਰ ਔਰ ਜਿਹੜੇ ਐਕਸਾਈਜ਼ ਦੇ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜ਼ੀਰੋ ਟੋਲਰੈਂਸ 'ਤੇ ਕੰਮ ਹੋ ਰਿਹਾ ਸਾਡਾ। ਔਰ ਇਸੇ ਵਿੱਚ ਹੀ ਅੱਜ ਮੇਵਾ ਮਿਆਣੀਆਂ ਪਿੰਡ, ਜਿਹੜਾ ਮਨਿਆਦੀਆਂ ਵੀ ਉਹਨੂੰ ਕਹਿੰਦੇ ਆ, ਉੱਥੇ ਸਾਨੂੰ ਇਨਫੋਰਮੇਸ਼ਨ ਸੀਗੀ ਵੀ ਜਿਹੜਾ ਸਾਨੂੰ ਇੱਕ ਵਾਂਟਡ ਬੰਦਾ ਹੈਗਾ ਉਹ ਘਰ ਹੀ ਮੌਜੂਦ ਹੈਗਾ। ਜਦੋਂ ਪੁਲਿਸ ਪਾਰਟੀ ਅੱਜ ਸਵੇਰੇ ਉੱਥੇ ਗਈ ਤਾਂ ਉਹਦੇ ਵਿੱਚ ਇੱਕ ਸੁੱਚਾ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਉਹਨੇ ਕਈ ਚੱਕ ਲਈ ਔਰ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ, ਜਿਹਦੇ ਵਿੱਚ ਸਾਡੇ ਦੋ ਮੁਲਾਜ਼ਮ ਜ਼ਖਮੀ ਹੋਏ ਆ, ASA ਸਤਨਾਮ ਸਿੰਘ ਅਤੇ ਕੌਂਸਟੇਬਲ ਸੀਨੀਅਰ ਕੌਂਸਟੇਬਲ ਗੁਰਮਿੰਦਰ। ਔਰ ਇਹਦੇ ਵਿੱਚ ਹੀ ਜਦੋਂ ਸਤਨਾਮ ਸਿੰਘ ਥੱਲੇ ਡਿੱਗ ਪਿਆ ਤਾਂ ਸੁੱਚਾ ਸਿੰਘ ਨੇ ਦੁਬਾਰਾ ਡਿੱਗੇ ਹੋਏ ਦੇ ਦੁਬਾਰਾ ਜਦੋਂ ਉੱਤੇ ਵਾਰ ਕਰਨ ਲੱਗਾ ਤਾਂ ਸੈਲਫ ਡਿਫੈਂਸ ਦੇ ਵਿੱਚ ਸਾਡੇ DSP ਸਾਹਿਬ ਜਗਦੀਸ਼ ਜੀ ਵੱਲੋਂ ਦਸੂਹੇ ਦੇ ਜਿਹੜੇ ਆਪਣੇ ਉਹਨਾਂ ਦੀ ਰਹਿਨਮਾਈ ਹੇਠ ਇਹ ਰੇਡ ਹੋ ਰਿਹਾ ਸੀਗਾ। ਔਰ ਉਹਨਾਂ ਨੇ ਜਦੋਂ ਫਾਇਰ ਕੀਤੇ, ਪਹਿਲਾਂ ਹਵਾਈ ਫਾਇਰ ਕੀਤਾ, ਉਹ ਫਿਰ ਵੀ ਨਹੀਂ ਹਟੇ ਤਾਂ ਜਦੋਂ ਫਿਰ ਸਿੱਧਾ ਫਾਇਰ ਉਹਦੇ ਲੱਗਾ ਸੁੱਚਾ ਸਿੰਘ ਦੇ ਲੱਗਾ ਅਤੇ ਜ਼ਖਮੀ ਹਾਲਤ ਵਿੱਚ ਉਹ ਵੀ ਡਿੱਗ ਪਿਆ ਔਰ ਸਾਰੇ ਜ਼ਖਮੀਆਂ ਨੂੰ ਇਮੀਡੀਏਟਲੀ ਹੋਸਪਿਟਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਸੁੱਚਾ ਸਿੰਘ ਨੂੰ ਬਰੋਡ ਡੈਥ ਦਿੱਤਾ ਗਿਆ ਵੀ ਇਹਦੀ ਡੈਥ ਹੋ ਗਈ। ਸਰ, ਕੀ ਇਨਪੁੱਟ ਸੀਗਾ? ਬੇਸਿਕਲੀ ਜੇ ਤੁਸੀਂ ਵੀ ਪਿੰਡ ਗਏ ਹੋਵੋਗੇ, ਜੇ ਜਾ ਕੇ ਆਓ, ਇਹਨਾਂ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਹੈਪਚੁਅਲ ਅਫੈਂਡਰ ਹੈਗੇ ਆ ਇਹ 10, ਤਾਂ ਇਹਨਾਂ ਦੇ ਪਰਿਵਾਰ 'ਤੇ NDP ਸੈਕਟ ਦੇ ਕੇਸ ਰਜਿਸਟਰਡ ਹੈਗੇ ਆ, 4 ਹੋਰ ਹੈਗੇ ਆਮ ਸੈਕਟ ਦੇ ਪਲੱਸ ਲੜਾਈਆਂ ਝਗੜਿਆਂ ਦੇ। ਔਰ ਇਹ ਪਿੰਡ ਵਾਲਿਆਂ ਨੂੰ ਵੀ ਔਰ ਇਲਾਕੇ ਦੇ ਵਿੱਚ ਵੀ ਇੰਨੀ ਪੂਰੀ ਦਹਿਸ਼ਤ ਬਣਾਈ ਹੋਈ ਸੀ, ਉਹਦੇ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਸਪੈਸ਼ਲ ਜਿਹੜੀ ਇਨਪੁੱਟ 'ਤੇ ਹੀ ਅਸੀਂ ਅੱਜ ਇਹਨਾਂ ਦੇ ਘਰੇ ਗਏ ਸੀ। ਕਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ? ਇਹਦੇ ਵਿੱਚ ਹਾਲੇ ਸਾਡੀਆਂ ਰੇਡ ਪਾਰਟੀਆਂ ਬਾਹਰ ਹੈਗੀਆਂ ਔਰ ਹੋਰ ਵੀ ਫੋਰਸ ਆਈ ਹੋਈ ਆ ਔਰ ਤਕਰੀਬਨ ਅਸੀਂ ਸਾਰੇ ਹੀ ਬੰਦੇ ਤਕਰੀਬਨ ਜਿਹੜੇ ਸਾਨੂੰ ਵਾਂਟਡ ਹੈਗੇ ਅਸੀਂ ਰਾਊਂਡ ਅਪ ਕਰਾਂਗੇ। ਵੱਡਾ ਵਪਾਰੀ ਸੀ ਨਸ਼ੇ ਦੀ? ਦੇਖੋ, ਜੋ ਪਿੰਡ ਮੈਂ ਮੌਕੇ 'ਤੇ ਗਿਆ ਸੀਗਾ ਅਤੇ ਉਹਨਾਂ ਮੁਤਾਬਕ ਵੀ ਡੇਲੀ 24 ਘੰਟਿਆਂ 'ਚ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲ ਦਰਿਆ ਦੇ, ਕਿਉਂਕਿ ਬਿਲਕੁਲ ਜਿਹੜਾ ਇਹਨਾਂ ਦਾ ਏਰੀਆ ਹੈਗਾ ਦਰਿਆ ਦੇ ਉੱਤੇ ਹੈਗਾ ਘਰ ਇਹਨਾਂ ਦਾ, ਦਰਿਆ ਟੱਪ ਕੇ ਗੁਰਦਾਸਪੁਰ ਬਟਾਲੇ ਪਾਸਿਓਂ ਵੀ ਬਹੁਤ ਸਾਰੇ ਬੰਦੇ ਪਰਚੇਜ਼ ਕਰਨ ਆਉਂਦੇ ਸੀ ਔਰ ਆਪਣੇ ਇੱਧਰੋਂ ਦਸੂਹਾ ਔਰ ਟਾਂਡਾ ਮਕੇਰੀਆਂ ਤੋਂ ਵੀ ਜਿਹੜੇ ਅਡਿਕਟ ਹੈਗੇ ਆ ਉਹ ਉੱਥੇ ਨਸ਼ਾ ਲੈਣ ਜਾਂਦੇ ਸੀ। ਇਹਦੇ ਸੰਬੰਧ ਵਿੱਚ ਅਸੀਂ FIR ਦਰਜ ਕਰ ਰਹੇ ਹੈਗੇ ਹਾਂ, ਜੋ ਵੀ ਧਾਰਾ ਬਣਗੀਆਂ ਐਜ਼ ਪਰ ਲਾ ਉਹਦੇ 'ਤੇ ਅਸੀਂ ਕਾਰਵਾਈ ਕਰ ਰਹੇ ਹੈਗੇ ਹਾਂ ਔਰ ਫਰਦਰ ਹਾਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ।